ਭਾਈ ਜਾਨ ਜਿਹੜਾ ਹੈ ਨਾ ਮੁਸਲਮਾਨ ਇਹ ਆਪਣੇ ਤਰੀਕੇ ਤੇ ਚੱਲ ਜਾਵੇ ਨਾ ਤੇ ਕੋਈ ਗਰੀਬ ਭੁੱਖਾ ਰਹਿ ਜਾਵੇ ਮੈਂ ਜ਼ਿੰਮੇਦਾਰ ਹਾਂ ਜੀ ਜੀ ਇੱਕ ਤੁਸੀਂ ਪਿੰਡ ਦਾ ਰਕਬਾ ਗਿਣ ਲਓ ਉਹਦੀ ਗੰਦਮ ਗਿਣ ਲਓ ਉਹਦਾ ਉਸ਼ਰ ਲਗਾਓ ਉਹਦਾ ਉਸ਼ਰ ਲਾਓ ਜਿਹੜਾ ਜ਼ਿੰਮੇਦਾਰ ਦਾ ਬੰਦਾ ਵੱਲੋਂ ਪਿੰਡ 'ਚ ਲਿਆਓ ਜੇ ਕੋਈ ਗਰੀਬ ਭੁੱਖਾ ਰਹਿ ਜਾਵੇ ਤਾਂ ਮੈਨੂੰ ਕਹੇ ਕਿਉਂਕਿ ਮੁਸਲਮਾਨ ਆਪਣੇ ਤਰੀਕੇ ਤੇ ਨਹੀਂ ਹਟ ਗਿਆ ਉਸ਼ਰ ਦਾ ਕੁਝ ਉਹਨਾਂ ਨੇ ਜਾ ਕੇ ਉਧਰ ਗੌਰਮੈਂਟ ਵਧਾ ਦਿੰਦੀ ਉਧਰ ਜ਼ਿੰਮੇਦਾਰ ਵਧਾ ਦਿੰਦੇ ਸਾਢੇ 3 ਲੱਖ ਰੁਪਇਆ ਠੇਕਾ ਹੈ ਅਸਲਾਮ ਵਾਲੇਕੁਮ ਦੋਸਤੋ ਮੈਂ ਤੁਹਾਡਾ ਬਾਈ ਮੁਹੰਮਦ ਆਸਫ ਖਿੱਚੀ ਅਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਮਾਸ਼ਾਅੱਲਾ ਸਾਡੇ ਪੰਜਾਬ ਪਾਕਿਸਤਾਨ ਵਿੱਚ ਸਾਡੇ ਏਰੀਏ ਤਹਿਸੀਲ ਦੀਪਾਲਪੁਰ ਦੇ ਵਿੱਚ ਗੰਦਮ ਦੀ ਗਾਈ ਸ਼ੁਰੂ ਹੋ ਗਈ ਹੈ ਕਟਾਈ ਵੀ ਸ਼ੁਰੂ ਹੋ ਗਈ ਹੈ ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ ਇੱਥੇ ਜਨਾਬ ਗਹਾਈ ਕੀ ਲੈ ਰਹੇ ਨੇ ਜਿਹੜੀ ਥਰੈਸ਼ਰ ਦੀ ਗਹਾਈ ਹੈ ਠੀਕ ਹੈ ਜੀ ਪਿੱਛੇ ਦੇਖ ਰਹੇ ਹੋਣੇ ਹਾਂ ਤੁਸੀਂ ਬਲਾਰਸ 510 ਦਾ ਬੱਠਾ ਲੱਗਾ ਖੜਾ ਅਤੇ ਕਣਕਾਂ ਕਿਉਂਕਿ ਗਿੱਲੀਆਂ ਗੁੱਲੀਆਂ ਵੀ ਨੇ ਅਤੇ ਤੁਹਾਨੂੰ ਪਰਫੋਰਮੈਂਸ ਵੀ ਦਿਖਾਉਣੇ ਹੈ ਲੇਕਿਨ ਆਪਾਂ ਜਾਣਾਂਗੇ ਕਿ ਕਣਕ ਦਾ ਜਿਹੜਾ ਹੱਥ ਦੀ ਵਡਾਈ ਹੈ ਉਹ ਇੱਥੇ ਸਾਡੇ ਕੋਲ ਕਿੰਨੀ ਚੱਲ ਰਹੀ ਹੈ ਔਰ ਥਰੈਸ਼ਰ ਦੀ ਜਿਹੜੀ ਹੈਗੀ ਹੈ ਗਾਈ ਉਹ ਕਿੰਨੀ ਚੱਲ ਰਹੀ ਹੈ ਔਰ ਇੱਥੇ ਨਾਲ ਹੀ 385 ਵੀ ਇੱਕ ਪਾਸੇ ਚੱਲਾ ਖੜਾ ਹੈ ਔਰ ਦੂਸਰੇ ਪਾਸੇ ਬਲਾਰਸ 510 ਚੱਲਾ ਖੜਾ ਹੈ ਇਹਨਾਂ ਕੋਲੋਂ ਪੁੱਛਾਂਗੇ ਕਿ ਇਹਨਾਂ ਦਾ ਰੇਟ ਵੀ ਅਲੱਗ ਅਲੱਗ ਹੈ ਜਾਂ ਰੇਟ ਸੇਮ ਹੀ ਹੈ ਔਰ ਡੀਜ਼ਲ ਦਾ ਖਰਚਾ ਕਿਹੜਾ ਟਰੈਕਟਰ ਜ਼ਿਆਦਾ ਕਰ ਰਿਹਾ ਇਹ ਵੀ ਤੁਹਾਨੂੰ ਦਿਖਾਉਂਦੇ ਹਾਂ ਅਤੇ ਦੋਸਤੋ ਆਪਣੇ ਕੋਲ ਹੀ ਇੱਥੇ ਬਾਈ ਹੋਰੀ ਜਿਹੜਾ ਨਾ ਚਾਚੇ ਹੋਰੀ ਕਣਕ ਵੱਢ ਰਹੇ ਨੇ ਪਹਿਲੇ ਇਹਨਾਂ ਕੋਲ ਜਾਣਦੇ ਹਾਂ ਕਿ ਇਸ ਦਫ਼ਾ ਜਿਹੜੀ ਨਾ ਕਣਕ ਦੀ ਵਡਾਈ ਕਿੰਨੀ ਹੈਗੀ ਫੀ ਏਕੜ ਅਸਲਾਮ ਵਾਲੇਕੁਮ ਜੀ ਕੀ ਹਾਲ ਹੈ ਚਾਚੂ ਜੀ ਅੱਛਾ ਜੀ ਕਣਕ ਦੀ ਗਾਈ ਆਪਣੀ ਕਟਾਈ ਹੈ ਇਸ ਦਫ਼ਾ ਜਿਹੜਾ ਨਾ ਸਾਨੂੰ ਦੱਸੋ ਵੀ ਕੀ ਚੱਲ ਰਹੀ ਹੈ ਕਣਕ ਦੀ ਕਟਾਈ ਹੈ ਇਸ ਟਾਈਮ ਚੱਲ ਰਹੀ ਹੈ 3.5 ਮਣ 3.5 ਮਣ ਕਿੱਲੇ ਦਾ ਹਾਂਜੀ ਵੱਢ ਤੇ ਥਬੀਆਂ ਲਾ ਦੇਣੀਆਂ ਥਬੀਆਂ ਲਾ ਦੇਣੀਆਂ ਠੀਕ ਹੋ ਗਿਆ ਬੰਨਣੀ ਮਾਲਕਾਂ ਆਪੇ ਹੈ ਜੇ ਬਣਾਵਣ ਤਾਂ ਫਿਰ 5 ਮਣ ਹਾਂਜੀ ਕਿੱਲੇ ਦੇ ਠੀਕ ਹੋ ਗਿਆ ਤੇ ਇਹ ਕਣਕ ਵੀ ਜਿਹੜਾ ਬੀਜ ਬੂ ਦਾ ਕੋਈ ਹਿਸਾਬ ਕਿਤਾਬ ਹੈ ਕਣਕ ਜਿਹੜੀ ਵੀ ਹੋਵੇ ਨਹੀਂ ਜੀ ਕਣਕ ਜਿਹੜੀ ਵੀ ਹੋਵੇ ਉਹਦਾ ਰੇਟ ਇੱਕੋ ਹੀ ਹੁੰਦਾ ਹੈ ਰੇਟ ਇੱਕੋ ਹੀ ਹੈ ਵਡਾਈ ਬਣਾਈ ਰੇਟ ਇੱਕੋ ਹੀ ਅੱਛਾ ਤੁਹਾਨੂੰ ਪਤਾ ਹੈ ਵੀ ਰੈਪਰ ਵਾਲੇ ਕੀ ਲੈ ਰਹੇ ਨੇ ਹਿਸਾਬ ਕਿਤਾਬ ਰੈਪਰ ਵਾਲਿਆਂ ਦਾ ਘੱਟ ਹੈ ਜੀ ਅੱਛਾ ਤੇ ਇਹ ਨਿਰੀ ਕੋਈ ਅਗਰ ਬਣਾਉਣਾ ਚਾਹੇ ਤਾਂ ਉਹ ਕਿੰਨੇ ਵਿੱਚ ਬੰਨ ਤੇ ਦੇ ਰਹੇ ਨੇ ਅਗਰ ਰੈਪਰ ਵਾਲੀ ਹੋਵੇ ਤਾਂ ਫਿਰ ਉਹ ਜਿਹੜੀ 2 ਮਣ 'ਚ ਬਾਨ ਹੋ ਰਹੀ ਹੈ ਸਹੀ ਤੇ ਇਹ ਤੁਸੀਂ ਜਿਹੜੀ ਹੱਥ ਦੀ ਕਟਾਈ ਹੈ ਕਿੰਨੀ ਬਾਨ ਹੋ ਰਹੀ ਮਾਣ ਹੈ ਅੱਛਾ ਪਿਛਲੇ ਸੀਜ਼ਨ ਨਾਲੋਂ ਇਸ ਦਫ਼ਾ ਕੰਮ ਸਹੀ ਹੈ ਜਾਂ ਪਿਛਲੇ ਸੀਜ਼ਨ ਨਾਲੋਂ ਘੱਟ ਦਾਣੇ ਘੱਟ ਨੇ ਹਾਂਜੀ ਪਿਛਲੀ ਦਫ਼ਾ ਕਿੰਨੇ ਸੀ ਪਿਛਲੀ ਦਫ਼ਾ ਹੈਗੇ ਆ 5.5 ਮਣ 6 ਮਣ ਅੱਛਾ ਐਤਕੀ ਘੱਟ ਗਏ ਤੇ ਬੰਨ ਤੇ ਦਿੰਦੇ ਹੋ ਪਿਛਲੀ ਦਫ਼ਾ ਜਾਂ ਕਿਵੇਂ ਪਿਛਲੀ ਵਾਰ ਬੰਨ ਤੇ ਦੇ ਰਹੇ ਸੀ ਅੱਛਾ ਬੰਨ ਤੇ ਦੇ ਰਹੇ ਸੀ 5.5 ਮਣ 5 ਮਣ ਵਿੱਚ ਅੱਛਾ ਦੋਸਤੋ ਇਹ ਜਿਹੜੀ ਮਸ਼ੀਨ ਲੱਗੀ ਖੜੀ ਹੈ ਨਾ ਅਤੇ ਅਗੇਤੀ ਜਿਹੜਾ ਨਾ ਇਹਦੀ ਥਰੈਸ਼ਰ ਕੀਤੀਆਂ ਆਉਂਦੇ ਨੇ ਮਤਲਬ ਹੈ ਗਾਈ ਕਰ ਰਹੇ ਨੇ ਇਹ ਜਨਾਬ ਕਣਕ ਵੱਢੀ ਹੋਈ ਹੈ ਆਪਣੇ ਦੀ ਰੈਪਰ ਦੀ ਅਤੇ ਰੈਪਰ ਕਿਉਂਕਿ ਜਲਦੀ ਮੁੰਡ ਨਿਬੇੜ ਦਿੰਦਾ ਕੰਮ ਨੂੰ ਅਤੇ ਕਣਕ ਜਿਹੜਾ ਤੀਲਾ ਖਿਲਰੀ ਵੀ ਹੁੰਦੀ ਹੈ ਅਤੇ ਇਸ ਵਾਸਤੇ ਕਣਕ ਜਾਂਦੀ ਜਲਦੀ ਸੁੱਕ ਅਤੇ ਟਾਈਮ ਨਾਲ ਉਹਦੇ ਥੱਬੇ ਕਰਾ ਕੇ ਅਤੇ ਹੁਣ ਵਿੱਚੋਂ ਸੱਜੀ ਬਣਾ ਕੇ ਅਤੇ ਗਾਈ ਜਾਂਦੇ ਨੇ ਅਤੇ ਬਾਕੀ ਹੁਣ ਬਲਾਰਸ ਦਾ ਕੰਮ ਵੇਖੋ ਜੀ ਬੱਠਾ ਤਾਂ ਲਾਈ ਖੜਾ ਬਾਕੀ ਜਾਣਦੇ ਹਾਂ ਡਰਾਈਵਰ ਬਾਈ ਵੀ ਆ ਰਿਹਾ ਚਾਚੇ ਤੋਂ ਪੁੱਛਣਾ ਵੀ ਕੀ ਸੂਰਤ ਹਾਲ ਹੈ ਗਾਈ ਕਿੰਨੀ ਲੈ ਰਹੇ ਨੇ ਕੀ ਸੂਰਤ ਹਾਲ ਹੈ ਜੀ ਅਸਲਾਮ ਵਾਲੇਕੁਮ ਜੀ ਚਾਚਾ ਕੀ ਹਾਲ ਹੈ ਜੀ ਨਹੀਂ ਜੀ ਅੱਲਾ ਮਾਫ਼ ਕਰੇ ਅੱਛਾ ਇਹ ਦੱਸਦੇ ਚਲੋ ਆਪਣਾ ਨਾਮ ਪਹਿਲੇ ਦੱਸਦੇ ਚਲੋ ਹਾਂਜੀ ਮੁਖਤਿਆਰ ਮਾਸ਼ਾ ਅੱਲਾ ਜੀ ਅੱਲਾਹ ਤਾਲਾ ਸਾਰਿਆਂ ਨੂੰ ਅੱਜ ਹੀ ਬਣਾਵੇ ਜੀ ਆਪਣਾ ਦਰ ਵਿਖਾਵੇ
ਅੱਛਾ ਬਿਲਾਰਸ ਆਪਣਾ ਟਰੈਕਟਰ ਹੈ ਜੀ? ਜੀ ਭਾਈ ਜੀ। ਤੇ ਇਹ ਅੱਜ ਪਹਿਲੀ ਦਫਾ ਚਲਾਈ ਹੈ ਜਾਂ ਪਹਿਲੇ ਵੀ ਗਾ ਗੁਰ ਹੈ? ਉਹ ਅੱਜ ਚਲਾਈ ਹੈ। ਅੱਜ ਚਲਾਈ ਹੈ, ਮਾਸ਼ਾਅੱਲਾ। ਕੈਸਾ ਚੱਲ ਰਹੀ ਹੈ, ਕੀ ਮਹਿਸੂਸ ਕੀਤਾ? ਕਣਕ ਸਿੰਨੀ ਆ, ਸੁੱਕੀ ਹੈ? ਕਣਕ ਤਾਂ ਸਨੇਰੀ ਹੈ, ਪਰ ਉਹ ਅੱਲਾ ਦੀ ਰਹਿਮਤ ਹੈ ਮੇਰੇ ਤੇ। ਅੱਛਾ, ਤੇ ਰੇਟ ਮੁੜ ਕੀ ਇਹਨਾਂ ਨਾਲ ਮੁਕਾਇਆ ਨੇ? ਰੇਟ ਇਹਨਾਂ 12,000। 12,000? ਤੇ ਅੱਗੇ ਨੂੰ ਹੁਣ ਕਣਕ ਖੁਸ਼ਕ ਹੋ ਜਾਵੇ ਤੇ ਖੁਸ਼ਕ ਹੋ ਜਾ ਸੀ ਤੇ ਫਿਰ ਕੀ ਰੇਟ ਹੋਣਾ? ਵਾਧਾ ਘਾਟਾ ਹੋ ਹੀ ਜਾਸੀ। ਵਾਧਾ ਘਾਟਾ ਕਰੋਗੇ? ਫਿਲ ਵਕਤ ਕਣਕ ਸਿੰਨੀ ਆਇਆ ਤੇ ਤੁਸੀਂ ਹੁਣ 12,000 ਕਿੱਲੇ ਦਾ ਲੈ ਰਹੇ ਨੇ ਹੈ ਆਪਣਾ ਬਿਲਾਰਸ ਟਰੈਕਟਰ? ਅੱਛਾ, ਬਿਲਾਰਸ ਟਰੈਕਟਰ ਇਸਤੇਮਾਲ ਕੀਤਾ ਜਾਂ ਇਸ ਤੋਂ ਪਹਿਲਾਂ ਕੋਈ ਹੋਰ ਟਰੈਕਟਰ ਵੀ ਚਲਾਉਂਦੇ ਰਹੇ ਹੋ? ਮੈਂ ਤਾਂ ਬਚਪਨ ਲਾ ਦੇ ਹੀ ਚਲਾਉਂਦਾ। ਬਿਲਾਰਸ ਹੀ ਚਲਾਇਆ ਤੇ ਕੰਮ ਸਾਰਾ ਰੈਂਟ ਦਾ ਕਰਦੇ ਹੋ? ਯਾ ਆਪਣਾ ਵੀ ਕਰਦੇ ਹੋ? ਬਸ ਆਦਾ ਵੀ ਕਰਨੇ ਆ ਤੇ ਰੈਂਟ ਦਾ ਵੀ ਕਰਦੇ। ਅੱਛਾ, ਤੇ ਇਹ ਰੈਂਟ ਤੇ ਆਪਾਂ ਨੂੰ ਵਾਹ ਵਾਹ ਵਾਰਾ ਖਾ ਜਾਂਦਾ ਬਿਲਾਰਸ ਕੇ? ਨਹੀਂ ਜੀ, ਬਸ ਇਹਦਾ ਖਾਵਣ ਦੇ ਵਿਰੋਧੀ ਸ਼ਾਮ ਦੀ ਬਣ ਜਾਂਦੀ 4 ਕਿੱਲੇ ਗਾਏ ਤੇ 4,000 ਬਣ ਜਾਂਦੀ ਬਸ। ਨਹੀਂ, ਬਾਕੀ ਟਰੈਕਟਰਾਂ ਦੀ ਨਿਸਬਤ ਜਿਹੜਾ ਇਹ ਟਰੈਕਟਰ ਨੂੰ ਤੁਸੀਂ ਕੀ ਕਹਿੰਦੇ ਹੋ ਵੀ ਅੱਛਾ ਟਰੈਕਟਰ ਹੈ, ਮੇਨਟੇਨੈਂਸ ਦੇ ਹਵਾਲੇ ਨਾਲ ਕੰਮ ਕੁੰਮ ਤਾਂ ਨਹੀਂ ਕਰਦਾ? ਨਹੀਂ, ਸਾਡੇ ਵਾਸਤੇ ਤਾਂ ਬਹੁਤ ਅੱਛਾ ਹੈ। ਤੁਹਾਡੇ ਵਾਸਤੇ ਬਹੁਤ ਅੱਛਾ ਹੈ ਕਿਉਂਕਿ ਤੁਸੀਂ ਚਲਾਇਆ ਇਹਨੂੰ ਜ਼ਿਆਦਾ ਤੇ ਤੁਹਾਡੇ ਵਾਸਤੇ ਬਹੁਤ ਅੱਛਾ ਹੈ। ਜਿਹਨੂੰ ਵੱਲ ਨਹੀਂ ਆਉਂਦਾ ਉਹਦੇ ਵਾਸਤੇ ਬਹੁਤ ਬੁਰਾ ਹੈ। ਅੱਛਾ, ਤੇ ਇਹ ਨਾਲ ਲੇਬਰ ਜਿਹੜੀ ਲੱਗੀ ਹੋਈ ਹੈ ਇਹ ਤੁਹਾਡੀ ਹੈ ਜਾਂ? ਨਹੀਂ ਜੀ, ਮੁਕਸ ਲੈ ਕੇ ਹੈਗੀ ਘਰਾਂ ਦੀ, 17-18 ਬੰਦੇ ਹਨ। ਅੱਛਾ, ਇਹਨਾਂ ਨੇ ਆਦੀ ਮਿਹਨਤ ਵੱਖਰੀ ਲੈਣੀ ਹੈ? ਤੁਹਾਡਾ 12,000 ਥਰੈਸ਼ਰ ਦਾ ਤੇ ਟਰੈਕਟਰ ਦਾ ਹੈ ਕਿੱਲੇ ਦਾ? ਅੱਛਾ, ਚਾਚੂ ਜੀ ਦੱਸਿਆ ਜੇ ਕਿ ਬਿਲਾਰਸ ਕਿੱਲੇ ਤੇ ਖਰਚਾ ਕਿੰਨਾ ਕੁ ਕਰ ਰਿਹਾ ਹੈ? ਇਹ ਜੀ ਕਣਕ ਹੈ ਸਿੰਨੀ, 22-23 ਲੀਟਰ ਕਰਦਾ ਪਿਆ ਹੈ। 22-23 ਲੀਟਰ ਕਰਦਾ ਪਿਆ ਹੈ ਕਿੱਲੇ ਤੇ? ਅਗਰ ਸੁੱਕੀ ਹੋਵੇ ਤਾਂ ਫਿਰ ਕਿੰਨਾ ਕੁ ਕਰ ਜਾਂਦਾ? 17-18 ਲੀਟਰ। ਤੇ ਤੇਲ ਹੁਣ ਭਲਾ ਕੀ ਹਿਸਾਬ ਹੈਗਾ? 300-300। ਓਏ ਹੋਏ ਹੋਏ ਹੋਏ, ਕਹਿੰਦੇ ਪਿਆ ਐਤਕੀ ਫਿਰ ਵਧਾਉਣਾ ਉਹਨਾਂ? ਹਾਂ, ਕੱਲ੍ਹ ਵਧਾ ਵੀ ਦਿੱਤਾ ਹੈ। ਚਲੋ ਠੀਕ, 4 ਰੁਪਏ ਹੋਰ ਵਧਾਇਆ। ਠੀਕ ਹੋ ਗਿਆ, ਜ਼ਬਰਦਸਤ ਜੀ। ਦੋਸਤ ਹੁਣ ਆਪਾਂ ਚੱਲਦੇ ਹਾਂ ਜਨਾਬ 385 ਵਾਲੇ ਕੋਲ, ਪੁੱਛਦੇ ਹਾਂ ਵੀ 385 ਫੀ ਏਕੜ 'ਤੇ ਕਿੰਨਾ ਖਰਚਾ ਕਰ ਰਿਹਾ ਜੀ, ਅਤੇ 85 ਵਾਲੇ ਕਿੰਨੇ ਪੈਸੇ ਲੈ ਰਿਹਾ ਜੀ? ਦੋਸਤੋ, ਡਰਾਈਵਰ ਵੀ ਜਨਾਬ ਕਹਿੰਦੇ ਨੇ ਵੀ ਜਿਹੜਾ ਟਰੈਕਟਰ ਔਖਾ ਤਾਂ ਹੋ ਰਿਹਾ ਹੈ ਵੀ ਜਿਹੜੀ ਕਣਕ ਹੈ ਉਹ ਜਨਾਬ ਸਿੰਨੀ ਹੈ, ਕਣਕ ਵੱਤਰ ਦੇ ਵਿੱਚ ਹੈ, ਇਸ ਵਾਸਤੇ ਜਨਾਬ ਬਿਲਾਰਸ ਵੀ ਔਖਾ ਹੋ ਰਿਹਾ। ਬਿਲਾਰਸ ਜਨਾਬ ਸ਼ੇਰ ਮੰਨਿਆ ਜਾਂਦਾ ਹੈ ਤਕਰੀਬਨ ਹਰ ਕੰਮ ਦਾ ਹੀ, ਲੇਕਿਨ ਮੈਂ ਜਿਹੜਾ ਨਾ ਕੋਈ ਇਹਨੂੰ 5 ਸਾਲ ਚਲਾਇਆ ਹੈ, ਮੈਂ ਇਹਦੀ PTO ਇੰਨੀ ਕਾਮਯਾਬ ਨਹੀਂ ਸਮਝਦਾ ਹੈਗਾ ਬਿਲਾਰਸ ਦੀ, ਕਿਉਂਕਿ ਲੈਦਰ ਵਾਲੀ ਗੁੱਛੇ ਵਾਲੀ PTO ਇਹਦੀ, ਬਾਕੀ ਆਪਣੇ ਫੀਅਟ ਜਾਂ ਮੈਸੀ ਤਰ੍ਹਾਂ ਨਹੀਂ ਹੈਗੀ ਸ਼ਾਫਟ ਵਾਲੀ ਡਰੈਕਟ। ਅਤੇ ਇਸ ਵਾਸਤੇ ਮੈਂ ਇਹਦੀ PTO ਜਿਹੜੀ ਹੈ ਨਾ ਉਹ ਇਨਵੇਟਰ ਨਹੀਂ ਸਮਝਦਾ, ਲੇਕਿਨ ਜਿਹੜੇ ਲੋਕ ਇਹਨੂੰ ਚਲਾਉਂਦੇ ਰਹਿੰਦੇ ਨੇ ਨਾ, ਇਹਨੂੰ ਪਸੰਦ ਕਰਦੇ ਨੇ, ਉਹਨਾਂ ਵਾਸਤੇ ਜਨਾਬ ਇਹ ਬੜਾ ਸ਼ਹਜ਼ਾਦਾ ਟਰੈਕਟਰ ਹੈ। ਬਕਾਇਆ ਜ਼ਮੀਨ ਮਾਵਣ ਦੇ ਹੱਕ ਵਿੱਚ ਜਾਂ ਆਲੂ ਉਲੂ ਦੀ ਕਿਰਾਈ ਵਿੱਚ ਨਾ ਬਿਲਾਰਸ ਟਰੈਕਟਰ ਜਨਾਬ ਵਾਕਿਆ ਹੀ ਸ਼ੇਰ ਹੈ, ਬੜੀ ਅੱਛੀ ਚੀਜ਼ ਹੈ। ਬਾਕੀ ਕਣਕ ਗਾਂਦੇ ਹਾਂ ਜਨਾਬ, ਲੇਬਰ ਦੇ ਵਿੱਚ ਜਿਹੜਾ ਬੰਦਾ ਹੁੰਦਾ ਹੈ ਨਾ ਮੁੱਠ ਲਾਉਣ ਵਾਲਾ, ਕਹਿੰਦਾ ਬੜਾ ਰੋਲ ਹੁੰਦਾ ਹੈ, ਇਹ ਬੜਾ ਅਹਿਮ ਹੁੰਦਾ ਹੈ। ਅਤੇ ਸਾਰੀ ਜਿਹੜੀ ਲੇਬਰ ਹੈ ਇਹਦਾ ਇਤਰਾਮ ਵੀ ਕਰਦੀ ਹੈ, ਕਿਉਂਕਿ ਇਹ ਕੰਮ ਥੋੜ੍ਹਾ ਜਿਹਾ ਮੁਸ਼ਕਲ ਵੀ ਹੁੰਦਾ ਹੈ, ਅਤੇ ਇਹਨੇ ਖਿਆਲ ਵੀ ਰੱਖਣਾ ਹੁੰਦਾ, ਟਰੈਕਟਰ ਵੱਲੇ ਵੀ ਨਜ਼ਰ ਰੱਖਣੀ ਹੁੰਦੀ ਹੈ, ਆਦਿ ਵੀ ਨਜ਼ਰ ਰੱਖਣੀ ਹੁੰਦੀ ਹੈ, ਖਿਆਲ ਰੱਖਣਾ ਹੁੰਦਾ ਕਿ ਹੱਥ ਜਾਂ ਕੱਪੜਾ ਨਾ ਮਸ਼ੀਨ ਦੇ ਵਿੱਚ ਜਾਵੇ। ਅਤੇ ਬਾਕੀ ਮੈਂ ਦੋਸਤਾਂ ਨੂੰ ਗੁਜ਼ਾਰਿਸ਼ ਵੀ ਕਰਦਾ, ਜਿਵੇਂ ਸੀਜ਼ਨ ਸ਼ੁਰੂ ਹੋਇਆ ਹੋਇਆ ਨਾ, ਅਤੇ ਜਨਾਬ ਜਦੋਂ ਵੀ ਥਰੈਸ਼ਰ 'ਤੇ ਹੋਣਾ, ਮੋਟਰ ਲਗਾਉਣ 'ਤੇ ਹੋਣਾ ਨਾ, ਅਤੇ ਜਨਾਬ ਆਪਣਾ ਕੱਪੜਾ ਕੁੰਜ ਕੇ ਜਾਣਾ, ਕੱਪੜੇ ਬੰਨ ਕੇ ਜਾਣੇ ਨੇ, ਤਾਂ ਕਿ ਕੋਈ ਨੁਕਸਾਨ ਨਾ ਹੋਵੇ, ਅਤੇ ਅੱਲਾਹ ਤਾਲਾ ਸਾਰੇ ਕਿਸਾਨ ਭਾਈਆਂ ਦਾ ਜਿਹੜਾ ਨਾ
ਸੀਜ਼ਨ ਅੱਛਾ ਗੁਜ਼ਾਰੇ ਜੀ। ਠੀਕ ਹੈ, ਅੱਗੇ ਹੁਣ ਚੱਲ ਵੇਹਨੇ ਹਾਂ ਵੀ ਕਣਕ ਦੀ ਕੀ ਸੂਰਤ ਹਾਲ ਹੈ ਅਤੇ ਦਾਣੇ ਕਿੰਨੇ ਕੁ ਨਿਕਲ ਰਹੇ ਨੇ ਅਤੇ ਮਸ਼ੀਨ ਕਿਹੜੀ ਕੰਪਨੀ ਦੀ ਹੈ। ਮਸ਼ੀਨ ਸਿਰ ਸਿਰ ਤਫੈਲ ਆਣੇ ਦੀ ਹੈ। ਕਦੋਂ ਲਈ ਹੈ, ਕਦੋਂ ਲਈ ਹੈ ਜੀ, ਕਦੋਂ ਲਈ ਹੈ? ਅੱਛਾ, ਦੋ ਸਾਲ ਹੈ, ਦੂਸਰਾ ਸਾਲ ਹੈ। ਜਿਵੇਂ ਕਿ ਦੋਸਤੋ ਹੁਣ ਬਹੁਤ ਮਾੜੀਆਂ ਮਸ਼ੀਨਾਂ ਆ ਗਈਆਂ ਨੇ ਅਤੇ ਬਹੁਤ ਮਾੜੀਆਂ ਮਸ਼ੀਨਾਂ ਜਿਹੜਾ ਹੈ ਨਾ ਉਹ ਬੜਾ ਅੱਛਾ ਕੰਮ ਹੈ, ਨਹੀਂ ਤਾਂ ਜਿਹੜਾ ਦਾਣਿਆਂ ਵਾਲਾ ਬੰਦਾ ਹੁੰਦਾ ਨਾ ਉਹ ਵਿਚਾਰਾ ਫੜੇ ਲੱਗ। ਬਾਕੀ ਮਸ਼ੀਨ ਜਨਾਬ ਸਿਰ ਤਫੈਲਦੀ ਹੈ, ਕੁਛ ਇਹਨੇ ਦਾ ਡਿਜ਼ਾਇਨ ਹੈ ਅਤੇ ਇਹਦੇ ਥੱਲੇ ਬਲੋਰ ਵੀ ਲੱਗਿਆ ਹੋਇਆ। ਠੀਕ ਹੈ ਨਾ ਜੀ, ਬਾਕੀ ਬੋਮ ਲਗਵਾਉਣਾ ਚਾਹੀਦਾ ਸੀ, ਹੋਣਾ ਚਾਹੀਦਾ ਬੋਮ। ਜਨਾਬ ਸਿੰਨੀ ਕਣਕ ਅਤੇ ਡਰਾਈਵਰ ਵੀ ਜਿਹੜਾ ਹੈ ਨਾ ਉਹਦੀ ਅੱਖ ਟਰੈਕਟਰ ਦੇ ਉੱਤੇ ਹੀ ਰਹਿੰਦੀ ਹੈ, ਉਹ ਰਹਿਣੀ ਵੀ ਚਾਹੀਦੀ ਹੈ। ਚਾਚਾ ਬਾਰ ਬਾਰ ਜਿਹੜਾ ਨਾ ਰੇਡੀਏਟਰ ਵਿੱਚ ਪਾਣੀ ਜਨਾਬ ਉੱਤੋਂ ਪਾ ਰਹੀ ਹੈ ਠੰਡਾ, ਕਿ ਟਰੈਕਟਰ ਗਰਮ ਨਾ ਹੋਵੇ। ਅਤੇ ਬਕਾਇਆ ਜਿਹੜੇ ਦੋਸਤਾਂ ਦਾ ਟੈਂਪਰੇਚਰ ਮੀਟਰ ਟਰੈਕਟਰਾਂ ਦੇ ਠੀਕ ਨਹੀਂ ਨਾ ਹੈਗੇ, ਉਹ ਟੈਂਪਰੇਚਰ ਮੀਟਰ ਆਪਣੇ ਬਿਲਕੁਲ ਸੈੱਟ ਰੱਖਣ, ਸੈੱਟ ਕਰਾ ਲਵਣ ਗੇਜਾ। ਠੀਕ ਹੈ ਨਾ ਜੀ, ਅਸਲਾਮ ਵਾਲੇਕਮ ਜੀ। ਬਾਈ ਜੀ ਕੀ ਹਾਲ ਚਾਲ ਹੈ? ਠੀਕ ਜਨਾਬ, ਤਬੀਅਤ ਸਿਹਤ ਠੀਕ ਹੈ ਜੀ? ਟਰੈਕਟਰ ਆਪਣਾ ਹੈ ਜੀ, ਮਸ਼ੀਨ ਵੀ ਆਪਣੀ ਹੈ, ਕਿਰਾਏ ਤੇ ਚਲਾਈ ਖੜੇ ਹੋ? ਹਾਂ ਜੀ, ਕਿਰਾਏ ਤੇ ਚਲਾਈ। ਮਾਸ਼ਾਅੱਲਾ। ਤੇ ਇਹ ਕਣਕ ਵਾਵਾ ਠੀਕ ਹੈ ਜਾਂ ਸਿੰਨੀ ਹੈ? ਅਜੇ ਤਾਂ ਸਿੰਨੀ ਹੀ ਹੈ, ਅਜੇ ਵੱਤਰ ਵਿੱਚ ਹੈ। ਵੱਤਰ ਵਿੱਚ ਹੈ। ਤੇ ਕਿੰਨਾ ਕੁ ਖਰਚਾ ਕਰ ਰਿਹਾ? 385 ਫੇਰ ਖਰਚਾ ਹੋਣਾ ਸੀ, ਅੰਦਾਜ਼ਾ ਕਰਤਾ ਸ਼ਾਮ ਤਾਈਂ ਵੀ ਕਿੰਨਾ ਕਰਦਾ। ਯਾਨੀ ਕਿ ਹੁਣ ਤੁਸੀਂ ਹਾਲੇ ਪਹਿਲੀ ਦਫਾ ਚਲਾਇਆ? ਪਹਿਲੀ ਦਫਾ ਚਲਾਇਆ। ਅੰਦਾਜ਼ਨ ਕੀ ਲੱਗਦਾ ਕਿੰਨਾ ਕੁ ਕਿੱਲੇ ਤੇ ਖਾ ਜਾਵੇਗਾ? ਇਹ ਅੰਦਾਜ਼ਨ ਇਹ ਹੈ ਵੀ 10-12 ਲੀਟਰ ਖਾ ਜਾਵੇ। 10-12 ਲੀਟਰ? ਹਾਂਜੀ, ਬੜਾ ਕੰਮ ਹੈ ਯਾਰ। ਹਾਂਜੀ, ਕਿ ਹਾਲੇ ਅੰਦਾਜ਼ਾ ਨਹੀਂ ਹੈਗਾ? ਅੰਦਾਜ਼ਾ ਨਹੀਂ ਹੈਗਾ ਜੀ, ਉਹ ਸ਼ਾਮ ਨੂੰ ਲੇਖਾ ਕਰਤਾ। ਅੱਛਾ, ਠੀਕ ਹੋ ਗਿਆ। ਅਗਰ ਕਣਕ ਸੁੱਕੀ ਹੋਵੇ ਤੇ ਫਿਰ ਕੀ ਤੁਸੀਂ ਕਹਿੰਦੇ ਹੋ? ਫਿਰ ਤਾਂ ਆਸਾਨੀ ਚੱਲ ਸੀ, ਤੇਲ ਵੀ ਘੱਟ ਹੈ। ਅੱਛਾ, ਠੀਕ ਹੋ ਗਿਆ। ਵੀ ਘਾਟ ਆਸਾਨੀ ਗੈਸੀ ਵੀ ਆਸਾਨੀ। ਅੱਛਾ, ਜਿਹੜੀ ਮਸ਼ੀਨ ਹੈ ਨਾ ਇਹ ਆਪਣੇ ਬਸੀਰਪੁਰ ਦੀ ਬਣੀ ਹੋਈ ਲੋਕਲ ਆਜ਼ਾਦ ਹੀ ਹੈ ਅਤੇ ਇਹਦੇ ਉੱਤੇ ਤੁਸੀਂ ਬੰਦੇ ਠੱਲੇ ਹੋਏ ਹੈ ਦੋ, ਕੀ ਵਜ੍ਹਾ? ਦੋ ਬੰਦੇ ਕਿਉਂ ਠੱਲੇ ਹੋਏ ਆ? ਦੋ ਵਜ੍ਹਾ ਮੁੱਠ ਨਹੀਂ ਪੂਰੀ ਹੁੰਦੀ। ਅੱਛਾ, ਹਾਂਜੀ, ਉਹ ਦੂਸਰੀ ਮਸ਼ੀਨ ਦੇ ਇੱਕ ਬੰਦਾ ਹੀ ਜਿਹੜਾ ਉਹ ਟਰੈਕਟਰ ਨੂੰ ਬੰਦ ਕਰਨ ਨੂੰ ਆਇਆ ਖੜਾ ਹੈ। ਹਾਂਜੀ, ਅਤੇ ਇਹ ਕੀ ਵਜ੍ਹਾ? ਇਹ ਮਸ਼ੀਨ ਇੱਥੇ ਬਸੀਰਪੁਰ ਦੀ ਨਹੀਂ ਬਣੀ ਵੀ ਆਈ ਵੀ ਖਾਨੇਵਾਲ ਦੀ। ਅੱਛਾ, ਦੁਬਾਰਾ ਪੇਂਟ ਕਰਾਈ ਹੈ? ਪੇਂਟ ਕਰਾਈ ਹੈ। ਹਾਂ, ਇਹ ਤਾਂ ਮਤਲਬ ਦੋ ਥੱਲੇ ਵਾਲੇ ਮੁੱਠ ਪੂਰੀ ਨਹੀਂ ਹੁੰਦੀ। ਅੱਛਾ, ਕਿੱਲੇ ਦਾ ਜਿਹੜਾ ਹੈ ਨਾ ਰੈਂਟ ਕਿੰਨਾ ਲੈ ਰਿਹਾ ਨੇ, ਕਿਰਾਇਆ ਕਿੰਨਾ ਲੈ ਰਿਹਾ ਜੀ? ਜੀ ਹੈ 12-13 ਬਾਰਾਂ ਤੋਂ 13,000 ਰੁਪਇਆ, ਮਤਲਬ ਵੱਤਰ ਵਿੱਚ ਹੋਵੇ ਤਾਂ ਜੀ 14,000 ਲੈਂਦੇ ਵੱਤਰ ਵਿੱਚ। ਠੀਕ ਹੋ ਗਿਆ, ਮੱਠਾ ਹੋਵੇ ਤਾਂ ਮੁੜ ਅੱਗੇ ਹੁਣ ਕਣਕਾਂ ਸੁੱਕੀਆਂ ਆ ਜਾ ਸਨ, ਫਿਰ ਰੇਟ ਘਟਾ ਦੇ ਸੋ, 12,000 ਤੋਂ ਘੱਟ ਨਹੀਂ ਹੋਵੇਗਾ। ਅੱਛਾ, ਬਾਕੀ ਆਪਣੇ ਹਕੂਮਤ ਬਾਰੇ ਵੀ ਕੋਈ ਗੱਲ ਕਰਨਾ ਚਾਹੋ ਵੀ ਜਿਵੇਂ ਤੇਲ ਕੱਲ ਫਿਰ ਵਧਾ, ਕੱਲ ਫਿਰ ਵਧਾ ਦਿੱਤਾ ਉਹਨਾਂ ਤੇਲ ਕਮੋੜੋ ਨਾ, ਐਵੇਂ ਦੱਸਣਾ ਗਰੀਬਾਂ ਨੂੰ ਵੀ ਮਾਰਨਾ।
ਨਹੀਂ ਉਹਨਾਂ ਨੂੰ ਕੋਈ ਪੈਗਾਮ ਦੇਣਾ ਚਾਹੁੰਦੇ ਨੇ ਵੀ ਹੁਣ ਉਹ ਕਣਕ ਵੀ ਜਿਹੜੀ ਆ ਉਹ 3900 ਕਿਹੜਾ ਉਹਨਾਂ ਰੇਟ ਬੰਨਿਆ ਹਕੂਮਤ ਨੇ 3900 ਨੂੰ ਵਿਕਦੀ ਪਈ 3900 ਨੂੰ ਕਿਤੇ 3500 ਨੂੰ 3000 ਨੂੰ ਇੱਥੋਂ ਪਹੁੰਚਾਉਂਦੇ ਕੀ ਹਿਸਾਬ ਹੋਣੀ ਚਾਹੀਦੀ ਆ ਇਹ ਜ਼ਿਮੀਦਾਰ ਨੂੰ ਜਾਂ ਠੇਕੇਦਾਰ ਜਿਹੜਾ ਹੈਗਾ ਉਹਨੂੰ ਕੀ ਮੁਨਾਫਾ ਅਸੀਂ ਇੰਨੇ ਕੁ ਵਿੱਚ ਹੁਣ ਕੀ ਮੁਨਾਫਾ ਆਉਣਾ ਆ ਪੱਲੂ ਹੀ ਪੈਣੇ ਨੇ ਮੈਂ ਕਹਿੰਦਾ ਅੱਛੀ ਗੱਲ ਆ ਇਹ 2500 ਹੋਣੇ ਚਾਹੀਦੇ 2500 ਹੋਣਾ ਚਾਹੀਦਾ ਕੋਈ ਕੁਛ ਲਗਾ ਯਾਰ ਉਹ ਤਾਂ ਗਰੀਬ ਯਾਰ ਜਿਹੜਾ ਜ਼ਿਮੀਦਾਰ ਹੈ ਨਾ ਉਹ ਹਰ ਬੰਦਾ ਠੇਕੇਦਾਰ ਨੂੰ ਠੇਕਾ ਮਤਲਬ ਅਸੀਂ ਵਧਾਣਾ ਗਵਰਨਮੈਂਟ ਦੇ ਨਾ ਕਹਿੰਦੀ ਠੇਕਾ ਵਧਾਓ ਅਸੀਂ ਜਾਣੇ ਇੱਕ ਬੰਦਾ 2 ਕਿੱਲੇ ਲਈ ਖੜਾ ਦੂਸਰਾ ਲਗਾ ਜਾਂਦਾ ਕਹਿੰਦਾ ਲਾ ਅਸੀਂ 2 ਨੂੰ ਲਾ ਕੇ 3 ਨੂੰ ਲਾ ਲਵਾਂਗੇ ਮੈਂ ਤਾਂ ਕਹਿੰਦਾ ਗਵਰਨਮੈਂਟ ਨੇ ਕਿਹਾ ਵੀ ਤੁਸੀਂ ਠੇਕੇ ਵਧਾਓ ਉਹਨਾਂ ਬੋਰੀ ਮਗਰੋਂ 1000-2 ਵਧਾਇਆ ਇਹਨਾਂ ਬੰਦਿਆਂ ਨੇ ਕਿੱਲੇ ਮਗਰੋਂ 2-2 ਲੱਖ ਵਧਾਇਆ ਇਹ ਦੋਵੇਂ ਗਾਰੀ ਗਰੀਬ ਦਾ ਗਰੀਬ ਦੀ ਤਾਂ ਫਸਲ ਹੀ ਕੋਈ ਗਰੀਬ ਦੀ ਫਸਲ ਲੇਕਿਨ ਮਰਦਾ ਗਰੀਬ ਮਰਦਾ ਗਰੀਬ ਹੀ ਪਿਆ ਮਰਦਾ ਗਰੀਬ ਹੀ ਪਿਆ ਵੀ ਨਾ ਤੇ ਕਾਸ਼ਤਕਾਰ ਮਤਲਬ ਆਪਾਂ ਆਪਣੇ ਕੋਲ ਤਾਂ ਮਤਲਬ ਜ਼ਮੀਨ ਹੀ ਨਹੀਂ ਹੈਗੀ ਗਰੀਬ ਕੋਲ ਕੋਈ ਫਸਲ ਨਹੀਂ ਹੈਗੀ ਲੇਕਿਨ ਹਕੂਮਤ ਨੂੰ ਕੁਛ ਐਵੇਂ ਦਾ ਕਰਨਾ ਚਾਹੀਦਾ ਨਾ ਬਿਲਕੁਲ ਵੀ ਆਪਾਂ ਨੂੰ ਖਾਦਾਂ ਮੰਗੇ ਦੇ ਰਹੇ ਨੇ ਹਾਂਜੀ ਸਪਰੇ ਮੰਗੇ ਦੇ ਰਹੇ ਨੇ ਬਿਲਕੁਲ ਤੇ ਬਜਾਏ ਕਣਕ ਸਸਤੀ ਕਰਨ ਦੇ ਇਹ ਆਦੀਆਂ ਖਾਦਾਂ ਤੇ ਸਪਰੇਆਂ ਦੇ ਰੇਟ ਸਸਤੇ ਕਰਵਾਉਣ ਸਹੀ ਗੱਲ ਉਹ ਤਾਂ ਫਿਰ ਕਣਕ ਵੀ ਸਸਤੀ ਖਰੀਦ ਗਵਰਨਮੈਂਟ ਜਿਹੜੀ ਆਉਂਦੀ ਪਈ ਹੈ ਤਾਂ ਕੰਮ ਗਵਰਨਮੈਂਟ ਹੀ ਖਰਾਬ ਕਰਦੀ ਪਈ ਤੇ ਸਾਰਾ ਕੰਮ ਖਰਾਬ ਹੋਇਆ ਜੀ ਜ਼ਿਮੀਦਾਰ ਇਹ ਨਹੀਂ ਕਹਿੰਦੇ ਹਾਲਾਂਕਿ ਆਪਣੇ ਪਿੰਡਾਂ ਦੇ ਵਿੱਚ ਹਾਲੇ ਤੱਕ ਵੀ ਅਹਿਸਾਸ ਮੌਜੂਦ ਹੈ ਬਿਲਕੁਲ ਤੁਸੀਂ ਵੀ ਅਗਰ ਉੱਥੇ ਬੰਦਾ ਕੋਈ ਡਿੱਗਾ ਪਿਆ ਹੋਏਗਾ ਬਾਈ ਤੇ ਜਾਓਗੇ ਵੀ ਇਹਨੂੰ ਕੀ ਹੈਗਾ ਬਿਲਕੁਲ ਸਹੀ ਠੀਕ ਹੈ ਨਾ ਸ਼ਹਿਰਾਂ ਵਿੱਚ ਅਹਿਸਾਸ ਨਹੀਂ ਹੈਗਾ ਬਿਲਕੁਲ ਇਸ ਵਜ੍ਹਾ ਤੋਂ ਗਰੀਬਾਂ ਦਾ ਅਹਿਸਾਸ ਹੈ ਲੇਕਿਨ ਅਗਰ ਆਪਾਂ ਨੂੰ ਖਾਦ ਬੀਜ ਸਾਰਾ ਕੁਛ ਮਹਿੰਗਾ ਦਿੱਤਾ ਗਿਆ ਨਾ ਜਿਵੇਂ ਹੁਣ ਉਹ ਦੇਖਿਆ ਤੁਸੀਂ ਮੁੰਜੀ ਦਾ ਬੀਜ 23000 ਦਾ ਥੈਲਾ 5 ਕਿਲੋ ਦਾ ਆ ਰਹੀ ਹੈ ਤੇ ਕੱਲ ਨੂੰ ਇਹ ਅਗਰ ਆਪਾਂ ਨੂੰ ਮੁੰਜੀ ਵੀ ਤੋੜ ਤੇ ਲਵਣ ਤੇ ਫਿਰ ਕਿਸਾਨ ਦਾ ਤਾਂ ਕੋਈ ਕਸੂਰ ਨਹੀਂ ਨਾ ਜੀ ਉਹ ਤਾਂ ਗਲਤ ਹੈ ਨਾ ਗਵਰਨਮੈਂਟ ਵੀ ਗਲਤ ਕਰਦੀ ਪਈ ਹੈ ਲੇਕਿਨ ਜਿਹੜੇ ਜ਼ਿਮੀਦਾਰ ਹਨ ਉਹ ਵੀ ਗਲਤ ਕਰ ਰਹੇ ਨੇ ਸਹੀ ਠੀਕ ਹੋ ਗਿਆ ਜੀ ਇਹ ਨਹੀਂ ਹੈਗਾ ਗਰੀਬ ਦੀ ਨਾ ਕੋਈ ਫਸਲ ਹੈ ਗਰੀਬ ਨੂੰ ਤਾਂ ਗਰੀਬ ਕੋਲ ਤਾਂ 2 ਕਨਾਲੀ ਪੱਠੇ ਕੱਢਣ ਵਾਸਤੇ ਵੀ ਜ਼ਮੀਨ ਨਹੀਂ ਛੱਡੀ ਇਹਨਾਂ ਠੇਕੇਦਾਰਾਂ ਜਿਨ੍ਹਾਂ ਦੇ ਆਲੂ ਹੋਏ ਮੱਕੀ ਹੋਈ ਦਾਈ ਹੋਏ ਉਹਨਾਂ ਨੇ ਸਾਰਾ ਕੁਝ ਉਹਨਾਂ ਨੇ ਜਾ ਕੇ ਉਧਰ ਗਵਰਨਮੈਂਟ ਵਧਾ ਦੇਣੀ ਉਧਰ ਠੇਕਾ ਕੀ ਚੱਲਦਾ ਵਧਾ ਦਿੰਦੇ ਨੇ 3.5 ਲੱਖ ਰੁਪਇਆ ਠੇਕਾ ਓਏ ਹੋਏ ਹੋਏ ਉਹ 3.5 ਲੱਖ ਕਿੰਨਾ ਵਧਾਇਆ ਗਵਰਨਮੈਂਟ ਦਾ ਨਹੀਂ ਨਾ ਕੀਤਾ ਉਹ ਜ਼ਿਮੀਦਾਰਾਂ ਕੀਤਾ ਅਸੀਂ ਜ਼ਿਮੀਦਾਰ ਨਹੀਂ ਹੈਗੇ ਆ ਜਿੰਨੇ ਬੰਦੇ ਫਿਰਦੇ ਨੇ ਕਿਸੇ ਦਾ 1 ਕਿੱਲਾ ਵੀ ਗੰਦਮ ਦਾ ਨਹੀਂ ਹੋਵੇਗਾ ਉਹ ਜਿਹਨਾਂ ਦੀ ਫਸਲ ਆਇਆ ਮਤਲਬ ਜ਼ਿਮੀਦਾਰ ਹਨ ਜਾਂ ਗਵਰਨਮੈਂਟ ਰਲ ਕੇ ਗਰੀਬਾਂ ਨੂੰ ਮਾਰ ਰਹੇ ਆ ਲੇਬਰ ਦੇ ਵਿੱਚ ਕੰਮ ਕਰ ਰਹੇ ਹੋ ਹਾਂਜੀ ਅੱਛਾ ਜਿਹੜੇ ਵੀ ਵੱਡੇ ਰਲ ਕੇ ਮਾਰ ਰਹੇ ਨੇ ਜ਼ਿਮੀਦਾਰ ਤੇ ਲੇਬਰ ਲੇਬਰ 1 ਕਿੱਲੇ ਦਾ ਕਿੰਨਾ ਲੈ ਰਹੇ ਹੋ ਇਹ ਹਾਲੇ ਤੁਕੀ ਬਾਈ ਜਨਾਂ ਅੱਜ ਪਹਿਲਾ ਦਿਨ ਹੈ ਉਹਨਾਂ ਨੇ ਕਿਹਾ ਜੀ ਜੋ ਜਾਨ ਦਾ ਰੇਟ ਨਿਕਲੇਗਾ ਇਹ ਸਾਡਾ ਰੇਟ ਕੋਈ ਤੈਅ ਨਹੀਂ ਹੁੰਦਾ ਤਕਰੀਬਨ ਹੈ ਕਿੱਥੇ ਕੋ ਕੀ ਸੂਰਤ ਹਾਲ ਹੈ ਪਿਛਲੇ ਸਾਲ ਪਤਾ ਨਹੀਂ ਕੀ ਡਾਕਟਰ ਰੇਟ ਸੀ ਪਿਛਲੇ ਸਾਲ ਹਾਂ 2 ਮਣ ਹੈਗਾ ਸੀ 1 ਏਕੜ ਦਾ ਤੇ ਇਸ ਦਫਾ ਉਮੀਦ ਕਰਦੇ ਹੋ ਵੀ ਤੁਹਾਨੂੰ ਜ਼ਿਮੀਦਾਰ ਕੋਈ ਥੋੜੇ ਜਿਹਾ ਦਾਣੇ ਵਧਾ ਸਕਦਾ ਨਹੀਂ ਕਰਦੇ ਵੀ ਜ਼ਿਮੀਦਾਰ ਇੱਧਰ ਵੱਧ ਦੇਵੇ ਜ਼ਿਮੀਦਾਰ ਉੱਧਰ ਦੇ ਸਕਦਾ ਇੱਧਰ ਨਹੀਂ ਦੇਵੇਗਾ ਉਹਦੇ 3900 ਦੇ ਬਜਾਏ 3000 ਨੂੰ ਦੇ ਸਕਦੇ ਆ ਜੋ ਮਰਜ਼ੀ ਹੋ ਜਾਵੇ ਉੱਧਰ ਉਹ ਸਹਿ ਲਵਣਗੇ ਇੱਧਰ ਉਹਨਾਂ ਨੇ ਕਿਹਾ ਜੋ ਜਾਨ ਦਾ ਨਿਕਲੇਗਾ ਹਾਂ ਹਾਲਾਂਕਿ ਤੁਹਾਨੂੰ 5 ਸ਼ੇਰ ਵੀ ਉੱਤੇ ਦੇਵਣ ਨਾ ਤੇ ਤੁਸੀਂ ਕੰਮ ਖੁਸ਼ ਹੋ ਤੇ ਕਰਸੋ ਹਾਂ ਲੇਕਿਨ ਉਹਨਾਂ ਦੇਣੇ ਨਹੀਂ ਦੇ ਹਾਂ ਦੇਣੇ ਚਾਹੀਦੇ ਨੇ ਹਾਂਜੀ ਉਹ ਠੇਕਾ ਬਾਦ ਭਰ ਸਕਦੇ ਨੂੰ ਖਾਦ ਦੇ ਬਾਦ ਭਰ ਸਕਦੇ ਨੂੰ ਗਰੀਬ ਨੂੰ ਨਹੀਂ ਦੇ ਸਕਦੇ ਜਿਹੜਾ ਤੁਸੀਂ ਪਹਿਲੇ ਨਾ ਲੈ ਰਸ ਵੀ ਅਹਿਸਾਸ ਇਸ ਨਾਲ ਅਹਿਸਾਸ ਹੋਵੇ ਨਾ ਤੇ ਗਰੀਬ ਕਿਸੇ ਪਿੰਡ ਚ ਭੁੱਖਾ ਮਾਰ ਨਹੀਂ ਸਕਦਾ ਬਿਲਕੁਲ ਜਿਹੜੇ ਪਿੰਡੇ ਚਲੇ ਜਾਓ ਜ਼ਿਮੀਦਾਰ ਚੈੱਕ ਕਰੋ ਕਿੰਨੇ ਕਿੰਨੇ ਜ਼ਿਮੀਦਾਰ ਪੈਣ ਅੱਛਾ ਨਾ ਮੈਂ ਹਰ ਆਦੀ ਵੀਡੀਓ ਵਿੱਚ ਪੈਗਾਮ ਦੇਣਾ ਚਾਹੇ ਕੋਈ 1 ਕਿੱਲੇ ਵਾਲਾ 5 ਕਿੱਲੇ ਵਾਲਾ ਜਾਂ 100 ਕਿੱਲੇ ਵਾਲਾ ਹਾਂਜੀ ਆਪਣੇ ਤੇ ਫਰਜ਼ ਵੀ ਹੈ ਔਰ ਇਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ ਸਾਡੇ ਤੇ ਜ਼ਕਾਤ ਔਰ ਉਸ਼ਰ ਇਹ ਜੀ ਫਰਜ਼ ਹੈ ਅਗਰ ਇਹ ਹੀ ਸਿਰਫ ਕਾਇਮ ਕਰ ਦਿੱਤਾ ਜਾਵੇ ਨਾ
ਤੇ ਹਰ ਪਿੰਡ ਦੇ ਵਿੱਚ ਕੋਈ ਗਰੀਬ ਨਹੀਂ ਰਹਿ ਜਾਣਾ। ਭਾਈ ਜਾਨ ਜਿਹੜਾ ਹੈ ਨਾ ਮੁਸਲਮਾਨ, ਇਹ ਆਪਣੇ ਤਰੀਕੇ ਤੇ ਚੱਲ ਜਾਵੇ ਨਾ ਤੇ ਕੋਈ ਗਰੀਬ ਭੁੱਖਾ ਰਹਿ ਜਾਵੇ, ਮੈਂ ਜ਼ਿੰਮੇਦਾਰ ਹਾਂ। ਜੀ ਜੀ। ਇੱਕ ਤੁਸੀਂ ਪਿੰਡ ਦਾ ਰਕਬਾ ਗਿਣ ਲਓ, ਉਹਦੀ ਗੰਦਮ ਗਿਣ ਲਓ, ਉਹਦਾ ਉਸ਼ਰ ਲਗਾਓ, ਉਹਦਾ ਉਸ਼ਰ ਲਾਓ। ਜਿਹੜਾ ਜ਼ਿੰਮੇਦਾਰ ਦਾ ਬੰਦਾ ਵੱਲੋਂ ਪਿੰਡ 'ਚ ਲਿਆਓ, ਜੇ ਕੋਈ ਗਰੀਬ ਭੁੱਖਾ ਰਹਿ ਜਾਵੇ ਤਾਂ ਮੈਨੂੰ ਕਹੇ, ਕਿਉਂਕਿ ਮੁਸਲਮਾਨ ਆਪਣੇ ਤਰੀਕੇ ਤੇ ਇਹ ਨਹੀਂ ਹਟ ਗਿਆ। ਉਸ਼ਰ ਜ਼ਕਾਤ ਦਿੰਦੇ ਨਹੀਂ, ਇਹ ਉਸ਼ਰ ਜ਼ਕਾਤ ਦੇਵਣ, ਕਿਸੇ ਜਗ੍ਹਾ ਤੇ ਗਰੀਬ ਹੀ ਨਹੀਂ ਰਹਿ ਸਕਦਾ, ਮੁਸਲਮਾਨ ਆਪਣੇ ਤਰੀਕੇ ਤੇ ਆ ਜਾਵੇ ਤਾਂ। ਬਿਲਕੁਲ ਇਵੇਂ ਆ। ਹਾਂਜੀ। ਔਰ ਇਹ ਇਹਨਾਂ ਨੂੰ ਬਸ ਆਪਾਂ ਨਾਂ ਦੇ ਮੁਸਲਮਾਨ ਆਏ, ਹਾਂਜੀ, ਆਪਣੇ ਸੋਚਣਾ ਚਾਹੀਦਾ, ਤਰੀਕੇ ਤੇ ਨਹੀਂ, ਆਪਣੇ ਆੜ ਗਵਾੜ ਵੇਖਣਾ ਚਾਹੀਦਾ। ਆਪਾਂ ਮਤਲਬ ਜੇ ਮੁਸਲਮਾਨੀ ਤਰੀਕਾ ਅਪਣਾਈਏ, ਹਾਂਜੀ, ਤੇ ਇਹਦਾ ਮਤਲਬ ਹੈ ਕੋਈ ਗਰੀਬ ਤੁਸੀਂ ਆਪਣਾ ਨਾਂ ਸਕਦਾ ਹੀ, ਤੁਸੀਂ ਆਪਣਾ ਨਾਮ ਨਹੀਂ ਦੱਸਿਆ। ਮੇਰਾ ਨਾਮ ਖਾਦਮ ਹੁਸੈਨ। ਖਾਦਮ ਹੁਸੈਨ, ਚਲੋ ਮਿਹਰਬਾਨੀ ਜਨਾਬ, ਸ਼ੁਕਰੀਆ। ਤੁਸੀਂ ਮਾਸ਼ਾਅੱਲਾ ਬਹੁਤ ਅੱਛੀਆਂ ਗੱਲਾਂ ਕੀਤੀਆਂ ਨੇ, ਉਮੀਦ ਹੈ ਜ਼ਿਮੀਦਾਰਾਂ ਨੂੰ ਵੀ ਸਮਝ ਆਵੇਗੀ। ਜੀ ਇਹ ਬਿਲਕੁਲ ਸਾਰੇ ਰਲ ਕੇ, ਗਰੀਬ ਦਾ ਤਾਂ ਕੋਈ ਮਤਲਬ ਹੈ ਨਹੀਂ। ਤੁਹਾਡੇ ਸਾਹਮਣੇ ਉਹਨਾਂ ਕਿਹਾ ਨਾ ਵੀ ਦੋ ਮਨ ਹੈ, ਇਨਸ਼ਾਅੱਲਾ ਪੌਣੇ ਦੋ ਦੇਵਣਗੇ, ਸਵਾ ਦੋ ਨਹੀਂ ਦੇਵਣਗੇ। ਠੇਕਾ ਵੀ ਵੱਧ ਦੇ ਸਕਦੇ ਨੇ, ਖਾਦ ਦਾ ਰੇਟ ਵੀ ਵੱਧ ਦੇ ਸਕਦੇ ਨੇ, ਬਾਨਾ ਗਰੀਬ ਨੂੰ ਰੋਜ਼ੀ ਵੱਧ ਦੇ ਨਹੀਂ ਦੇ। ਬਾਨਾ ਇਹ ਹੀ ਬਣਨਾ ਵੀ 3900 ਦੇ ਬਜਾਏ ਸਾਨੂੰ 3000 ਰੁਪਏ ਮਿਲਦਾ, ਹੁਣ ਤੁਸੀਂ ਵੀ ਦੋ ਮਨ ਦੇ ਬਜਾਏ ਪੌਣੇ ਦੋ ਮਨ ਲਓ। ਹਾਂਜੀ ਬਿਲਕੁਲ, ਠੀਕ ਹੋ ਗਿਆ। ਹਾਂਜੀ ਚਲੋ ਮਿਹਰਬਾਨੀ, ਸ਼ੁਕਰੀਆ ਦੋਸਤੋ। ਮਾਸ਼ਾਅੱਲਾ ਤੁਸੀਂ ਜਨਾਬ ਸੁਣਿਆ ਕਣਕ ਦਾ ਰੇਟ, ਗਾਵਣ ਦਾ ਇੱਥੇ ਥਰੈਸ਼ਰ ਦਾ ਸਾਡੇ ਕੋਲ ਕੀ ਚੱਲ ਰਹੀ ਹੈ, ਜਾਂ ਜਿਹੜਾ ਨਾ ਇੱਥੇ ਲੇਬਰ ਦੀ ਮਜ਼ਦੂਰੀ ਕੀ ਚੱਲ ਰਹੀ ਹੈ, ਬਾਕੀ ਟਰੈਕਟਰ ਜਿਹੜੇ ਨੇ ਉਹ ਫੀ ਏਕੜ 'ਤੇ ਕਿੰਨਾ ਖਰਚਾ ਕਰ ਰਹੇ ਨੇ, ਇਹ ਵੀ ਤੁਹਾਨੂੰ ਦੱਸਿਆ। ਔਰ ਇਹ ਵੀ ਤੁਹਾਨੂੰ ਦੱਸਿਆ ਕਿ ਇਹ ਅਹਿਸਾਸ, ਹਰ ਬੰਦਾ ਕਹਿੰਦਾ ਕਿ ਮੈਨੂੰ ਅਹਿਸਾਸ ਹੈ ਜਾਂ ਸਾਨੂੰ ਅਹਿਸਾਸ ਹੈ, ਲੇਕਿਨ ਗਰੀਬ ਦਾ ਅਹਿਸਾਸ ਕੋਈ ਹੀ ਕਰਦਾ ਹੈ, ਠੀਕ ਹੈ ਨਾ ਜੀ। ਅਤੇ ਜ਼ਿਮੀਦਾਰਾਂ ਨੂੰ ਸੋਚਣਾ ਚਾਹੀਦਾ, ਸੀਜ਼ਨ ਸ਼ੁਰੂ ਹੈਗਾ ਅਤੇ ਕੰਮ ਬੜਾ ਸੋਹਣਾ ਚੱਲਾ ਖੜਾ ਹੈ, ਅਤੇ ਇਸ ਇਹਦੇ ਦੇ ਵਿੱਚ ਗਰੀਬ ਦਾ ਸੋਚਣਾ ਜ਼ਰੂਰ ਸੋਚਣਾ, ਔਰ ਇਹ ਗੱਲ ਜ਼ਿਹਨ ਦੇ ਵਿੱਚ ਰੱਖਣੀ ਹੈ ਕਿ ਸਾਡੇ 'ਤੇ ਉਸ਼ਰ ਫਰਜ਼ ਹੈ, ਪਹਿਲੇ ਉਹ ਦੇਣਾ, ਬਾਅਦ 'ਤੇ ਆਦਿ ਜਿੰਨਸ ਆਦਿ ਗਰੀਬ ਰੱਖਣੀ। ਮਿਲਦੇ ਹਾਂ ਅਗਲੀ ਵੀਡੀਓ ਨਾਲ, ਦਿਓ ਇਜਾਜ਼ਤ, ਅੱਲਾ ਹਾਫਿਜ਼।